ਨੰਬਰ 1 ਇੱਕ ਲੱਤ 'ਤੇ ਖੜ੍ਹੇ ਹੋਣਾ। ਸਿੰਕ ਵੱਲ ਮੂੰਹ ਕਰਕੇ ਖੜ੍ਹੇ ਹੋਵੋ। ਸਿੰਕ ਨੂੰ ਦੋਨੋਂ ਹੱਥਾਂ ਨਾਲ ਫੜੋ। ਇੱਕ ਲੱਤ 'ਤੇ 3 ਜਾਂ 5 ਸਕਿੰਟਾਂ ਲਈ ਖੜ੍ਹੇ ਹੋਵੋ, ਫਿਰ ਰੈਸਟ ਕਰੋ। ਫਿਰ ਅਜਿਹਾ ਦੂਸਰੀ ਲੱਤ ਨਾਲ ਕਰੋ। ਹਰ ਲੱਤ ਨਾਲ 2 ਜਾਂ 3 ਵਾਰੀ ਕਰੋ। ਜੇ ਬਹੁਤ ਸੌਖਾ ਲੱਗੇ ਤਾਂ ਹੌਲੀ ਹੌਲੀ ਲੱਤ ਜ਼ਿਆਦਾ ਸਮੇਂ ਲਈ ਚੁੱਕੋ। ਹਰ ਲੱਤ 15 ਸਕਿੰਟਾਂ ਤੱਕ ਆਰਾਮ ਕਰੋ। ਹੋਰ 15 ਸਕਿੰਟਾਂ ਲਈ ਹਰ ਲੱਤ ਚੁੱਕਣ ਦੀ ਕੋਸ਼ਿਸ਼ ਕਰੋ। ਹੌਲੀ ਹੌਲੀ ਸਿੰਕ ਜਾਂ ਕਾਊਂਟਰ ਨੂੰ ਘੱਟ ਫੜੋ ਅਤੇ ਲੱਤ ਨੂੰ ਖੜ੍ਹੇ ਹੋਣ ਵੇਲੇ ਕੋਈ ਗੀਤ ਗਾਓ ਜਾਂ ਕਵਿਤਾ ਪੜ੍ਹੋ। ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਅਗਰ ਹੋਰ ਕਰਨਾ ਚਾਹੋ ਤਾਂ ਅਗਲੀ ਕਸਰਤ ਵੱਲ ਚਲੋ।